ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਿਸਾਨਾਂ ਦੀ ਦੇ ਵਿੱਚ ਅੱਜ ਆਪਾਂ ਕਿਸਾਨਾਂ ਦੀ ਗੱਲ ਕਰਾਂਗੇ, ਕਿਸਾਨੀ ਆਰਥਿਕਤਾ ਦੀ ਗੱਲ ਕਰਾਂਗੇ। ਜਦੋਂ ਅਸੀਂ ਕਿਸਾਨੀ ਆਰਥਿਕਤਾ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਪੰਜਾਬ ਦੀ ਆਰਥਿਕਤਾ ਜੁੜੀ ਹੋਈ ਆ। ਕਿਸਾਨੀ ਆਰਥਿਕਤਾ ਦੇ ਡਾਵਾਂਡੋਲ ਹੋਣ ਨਾਲ ਪੰਜਾਬ ਦੀ ਆਰਥਿਕਤਾ ਵੀ ਡਾਵਾਂਡੋਲ ਹੋ ਸਕਦੀ ਆ। ਅੱਜ ਜਦੋਂ ਕਿਸਾਨਾਂ ਦੀ ਆਰਥਿਕਤਾ ਕਿਤੇ ਨਾ ਕਿਤੇ ਡਾਵਾਂਡੋਲ ਹੈ ਤਾਂ ਇਹਦੇ ਬਹੁਤ ਸਾਰੇ ਕਾਰਨ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਅਤੇ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਆਏ ਦਿਨ ਘਟਦੀਆਂ ਜਾ ਰਹੀਆਂ ਨੇ ਅਤੇ ਸਾਡੇ ਜਿਹੜੇ ਖਰਚੇ ਨੇ ਉਹ ਆਏ ਦਿਨ ਵੱਧ ਰਹੇ ਨੇ। ਇਹਨਾਂ ਦੋਵਾਂ ਦੇ ਵਿੱਚ ਅੰਤਰ ਹੋਣ ਦੇ ਕਾਰਨ ਸਾਡੀ ਆਰਥਿਕਤਾ ਕਿਤੇ ਨਾ ਕਿਤੇ ਡਾਵਾਂਡੋਲ ਹੋ ਰਹੀ ਆ। ਬਹੁਤ ਸਾਰੇ ਸਾਡੇ ਜਿਹੜੇ ਕਿਸਾਨ ਨੇ ਉਹ ਖੇਤੀ ਤੋਂ ਕਿਨਾਰਾ ਇਸੇ ਕਰਕੇ ਕਰ ਰਹੇ ਨੇ ਕਿ ਸਾਡੇ ਖਰਚਿਆਂ ਅਤੇ ਸਾਡੀ ਆਮਦਨ ਦੇ ਵਿੱਚ ਕਿਸੇ ਤਰ੍ਹਾਂ ਦਾ ਸਮਤੋਲ ਜਿਹੜਾ ਉਹ ਨਹੀਂ ਬਣਿਆ। ਸੋ ਪਰ ਫਿਰ ਵੀ ਇੱਥੇ ਜਿਹੜੀ ਨਿਰਾਸ਼ਾ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਬਹੁਤ ਸਾਰੇ ਸਾਡੇ ਕਿਸਾਨ ਇਹੋ ਜਿਹੇ ਵੀ ਨੇ ਜਿਹੜੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਘਟਦੀਆਂ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਇਹੋ ਜਿਹੇ ਰਸਤੇ ਕੱਢੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ ਅੱਜ ਮੇਰੇ ਨਾਲ ਨੇ ਸਰਦਾਰ ਨਿਰਭੈ ਸਿੰਘ ਖਾਲਸਾ, ਖਾਲਸਾ ਨਰਸਰੀ ਵਾਲੇ। ਇਹਨਾਂ ਨੇ ਵੀ ਘੱਟ ਜ਼ਮੀਨ ਤੋਂ ਵੱਧ ਮੁਨਾਫਾ ਕਮਾਉਣ ਦੇ ਨਾਲ ਆਪਣੀ ਜਿਹੜੀ ਖੇਤੀ ਸੀ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਅਤੇ ਉਹਦੇ ਤੋਂ ਬਹੁਤ ਹੀ ਵਧੀਆ ਆਮਦਨ ਜਿਹੜੀ ਆ ਉਹ ਹਾਸਲ ਕਰ ਰਹੇ ਆ। ਅਤੇ ਅੱਜ ਆਪਾਂ ਇਸ ਵੇਲੇ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਇਹ ਜਿਹੜੀ ਖੇਤੀ ਸੀ ਉਸ ਨੂੰ ਕਿਵੇਂ ਮੇਨਟੇਨ ਕੀਤਾ, ਕਿਵੇਂ ਇਸ ਖੇਤੀ ਤੋਂ ਉਹਨਾਂ ਨੇ ਵਧੀਆ ਆਮਦਨ ਲੈਣੀ ਸ਼ੁਰੂ ਕੀਤੀ ਅਤੇ ਉਹਨਾਂ ਦੀ ਕੀ ਸੋਚ ਇਸ ਗੱਲ ਪਿੱਛੇ ਕੰਮ ਕਰਦੀ ਸੀ ਕਿ ਉਹ ਇਸ ਪਾਸੇ ਵੱਲ ਨੂੰ ਆਏ, ਕਿਉਂਕਿ ਹੋਰ ਬਹੁਤ ਰਸਤੇ ਸੀ ਪਰ ਉਹਨਾਂ ਨੇ ਫਿਰ ਵੀ ਖੇਤੀ ਨੂੰ ਚੁਣਿਆ। ਸਰਦਾਰ ਨਿਰਭੈ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਡੇ ਇਸ ਸਟੂਡੀਓ ਦੇ ਵਿੱਚ ਆਉਣ 'ਤੇ ਹਾਰਦਿਕ ਸਵਾਗਤ ਕਰਦੇ ਹਾਂ ਜੀ। ਜੀ ਨਿਰਭੈ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਤੁਹਾਡੀ ਇਹ ਸੋਚ ਸੀ ਜਿਹੜੀ ਘੱਟ ਜ਼ਮੀਨ ਦੇ ਉੱਤੋਂ ਵੱਧ ਮੁਨਾਫਾ ਲੈਣ ਵਾਲੀ, ਇਹ ਕਿਵੇਂ ਸਾਹਮਣੇ ਆਈ, ਕਿਵੇਂ ਤੁਹਾਨੂੰ ਲੱਗਿਆ ਵੀ ਘੱਟ ਜ਼ਮੀਨ ਤੋਂ ਵੀ ਵੱਧ ਮੁਨਾਫਾ ਲਿਆ ਜਾ ਸਕਦਾ ਹੈ? ਕਿਉਂਕਿ ਜਿਹੜਾ ਪੰਜਾਬ ਦੀ ਕਿਸਾਨੀ ਸੰਕਟ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਸੀਗੀ ਜੀ, ਉਹ ਸੰਕਟ ਦੇ ਦੌਰ ਦੇ ਵਿੱਚੋਂ ਸਾਨੂੰ ਇੱਕ ਗੱਲ ਤਾਂ ਪਤਾ ਲੱਗੀ ਵੀ ਜੇ ਅਸੀਂ ਰਵਾਇਤੀ ਫਸਲਾਂ ਦੀ ਖੇਤੀ ਕਰਦੇ ਹਾਂ ਹਾਂਜੀ ਤਾਂ ਇਹ ਛਮਾਹੀ ਸਾਡੀ ਫਸਲ ਸਾਡੇ ਘਰ ਆਉਣੀ ਹੈ ਅਤੇ ਜਿਹੜੇ ਅਸੀਂ ਪੈਸੇ ਵਰਤਨੇ ਆ ਉਹ ਅਸੀਂ ਆੜ੍ਹਤੀਆਂ ਤੋਂ ਵਰਤਨੇ ਹੈਗੇ ਜੀ ਬਿਲਕੁਲ, ਅਤੇ ਉਹਦਾ ਜਿਹੜਾ ਵਿਆਜ ਪੈ ਕੇ ਅਤੇ ਸਾਡੇ ਜਦੋਂ ਅਖੀਰ ਦੇ ਵਿੱਚ ਹਿਸਾਬ ਕਿਤਾਬ ਕਰਦੇ ਸੀ ਕੁਛ ਨਹੀਂ ਪੱਲੇ ਪੈਂਦਾ ਸੀਗਾ ਜੀ, ਅਤੇ ਛੋਟੀ ਯੂਨਿਟ ਹੋਣ ਦੇ ਕਰਕੇ ਸਾਨੂੰ ਇਹ ਲੱਗਿਆ ਵੀ ਸਾਨੂੰ ਰਵਾਇਤੀ ਫਸਲਾਂ ਤੋਂ ਹਟ ਕੇ ਜੀ ਅਤੇ ਦੂਜੇ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਰਾਹ ਨੂੰ ਪੈਣਾ ਚਾਹੀਦਾ ਜਿਹਦੇ ਤੋਂ ਅਸੀਂ ਰੋਜ਼ਾਨਾ ਹੀ ਆਪਣੀ ਫਸਲ ਦੀ ਵਿਕਰੀ ਕਰ ਸਕਦੇ ਹਾਂਗੇ। ਬਿਲਕੁਲ, ਅਤੇ ਉਸ ਕਰਕੇ ਅਸੀਂ ਇਹ ਰਾਹ ਨੂੰ ਚੁਣਿਆ ਜੀ। ਜੀ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਦੀ ਖੇਤੀ ਕਰਦਿਆਂ? ਅਸੀਂ 1996 ਦੇ ਵਿੱਚੋਂ ਇਸ ਤਰ੍ਹਾਂ ਦੀ ਖੇਤੀ ਸਟਾਰਟ ਕੀਤੀ ਸੀਗੀ ਜੀ। 2003 ਦੇ ਵਿੱਚ ਅਸੀਂ ਕਮਰਸ਼ੀਅਲ ਤੌਰ 'ਤੇ ਇਸ ਚੀਜ਼ ਨੂੰ ਅਡੋਪਟ ਕਰ ਲਿਆ ਜੀ ਕਿ ਅਸੀਂ ਜਿਹੜੀਆਂ ਰਵਾਇਤੀ ਫਸਲਾਂ ਉਹ ਨਾ ਬੀਜੀਏ, ਜੇ ਉਹ ਫਸਲਾਂ ਬੀਜੀਏ ਜਿਹੜੀਆਂ ਦਾ ਸਾਨੂੰ ਝਾੜ ਵੀ ਵੱਧ ਮਿਲੇ ਜੇ ਸਮੇਂ ਘੱਟ ਸਮੇਂ ਦੇ ਵਿੱਚ ਵੀ ਅਸੀਂ ਮੁਨਾਫਾ ਕਮਾ ਸਕਦੇ ਹੋਈਏ ਜੀ। ਘੱਟ ਸਮੇਂ, ਬਿਲਕੁਲ। ਇਸ ਤੋਂ ਇਲਾਵਾ ਜਦੋਂ ਤੁਸੀਂ ਇਹ ਖੇਤੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਜੇ ਮੈਂ ਖੇਤੀ ਮਾਹਰਾਂ ਦੀ ਗੱਲ ਕਰਾਂ ਜਾਂ ਖੇਤੀਬਾੜੀ ਵਿਭਾਗ ਦੀ ਗੱਲ ਕਰਾਂ ਉਹਦਾ ਕਿਹੋ ਜਿਹਾ ਰੋਲ ਰਿਹਾ ਤੁਹਾਡੀ ਸਪੋਰਟ ਕਰਨ ਦੇ ਵਿੱਚ? ਜਿਹੜੀ ਖੇਤੀਬਾੜੀ ਮਾਹਰਾਂ ਦਾ ਸਾਡੀ ਇੱਕ ਤ੍ਰਾਸਦੀ ਰਹੀ ਹੈਗੀ ਵੀ ਜਦੋਂ ਵੀ ਖੇਤੀਬਾੜੀ ਮਾਹਰ ਸਾਡੇ ਕਿਸਾਨ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਦੱਸਦੇ ਨੇਗੇ ਜੀ ਵੀ ਤੁਸ ਇਸ ਤਰ੍ਹਾਂ ਦੇ ਜਿਹੜੇ ਥੀਮ ਲਿਖੇ ਜਾਂਦੇ ਆ ਪਿੱਛੇ ਬੈਨਰਾਂ ਦੇ ਉੱਤੇ, ਬਿਲਕੁਲ, ਕਈ ਵਾਰੀ ਜਦੋਂ ਅਸੀਂ ਕਿਸਾਨ ਮੇਲਿਆਂ ਦੇ ਵਿੱਚ ਜਾਂਦੇ ਹਾਂ ਸਾਨੂੰ ਉਹ ਥੀਮ ਸਮਝਣ ਦੀ ਲੋੜ ਹੈ ਜੀ, ਅਤੇ ਉਸ ਥੀਮ ਨੂੰ ਸਮਝਣ ਦੇ ਵਿੱਚ ਇੱਕ ਸਾਡੇ ਦਿਮਾਗ ਦੇ ਵਿੱਚ ਪਿਕਚਰ ਬਣਦੀ ਹੈ ਵੀ ਮੈਂ ਹੁਣ ਸਾਡੀ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਕਿਸ ਤਰ੍ਹਾਂ ਦੀਆਂ ਬਣ ਰਹੀਆਂ ਨੇ, ਅਸੀਂ ਕਿਸ ਪਾਸੇ ਨੂੰ ਜਾਣਾ ਹੈਗਾ, ਅਤੇ ਸਾਡੇ ਅਸੀਂ ਆਪਣੇ ਖੇਤ ਦਾ ਜਿਹੜਾ ਫਾਰਮ ਹੈ ਉਹਦਾ ਡਾਇਗ੍ਰਾਮ ਬਣਾ ਕੇ ਚਾਹੇ ਉਹ ਛੋਟੇ ਸਾਈਜ਼ ਦਾ ਸਾਡਾ ਖੇਤ ਹੋਵੇ ਜੀ, ਅਤੇ ਉਸ ਖੇਤ ਨੂੰ ਅਸੀਂ ਇਸ ਤਰ੍ਹਾਂ ਨਾਲ ਡਿਜ਼ਾਇਨ ਕਰੀਏ ਜੀ ਕਿ ਅਸੀਂ ਮਤਲਬ ਦਾਲ ਬੀਜਦੀਆਂ ਫਸਲਾਂ ਬੀਜੀਏ ਜੀ, ਸਬਜ਼ੀਆਂ ਬੀਜੀਏ, ਦੁੱਧ ਪਦਾਰਥ ਅਸੀਂ ਕਿਵੇਂ ਪੈਦਾ ਕਰ ਸਕਦੇ ਹਾਂ, ਅਸੀਂ ਸਵੇਰ ਤੋਂ ਲੈ ਕੇ ਸ਼ੁਰੂਆਤ ਹੋ ਕੇ ਸ਼ਾਮ ਤੱਕ ਸਾਡੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਕੀ ਜ਼ਰੂਰਤ ਹੈ ਜੀ, ਅਤੇ ਜਿਹੜੀਆਂ ਅਸੀਂ ਫਸਲਾਂ ਬੀਜ ਰਹੇ ਹਾਂ ਉਹ ਅਸੀਂ ਮੰਡੀ ਦੇ ਵਿੱਚ ਸੁੱਟ ਰਹੇ ਹਾਂ, ਪਰ ਅਸੀਂ ਉਦੋਂ ਬਾਅਦ ਅਸੀਂ ਖਪਤਕਾਰ ਹੋਣ ਦੇ ਨਾਤੇ ਮੰਡੀ ਦੇ ਵਿੱਚ ਉਹ ਚੀਜ਼ਾਂ ਖਰੀਦ ਰਹੇ ਹਾਂ, ਉਹ ਸਾਨੂੰ ਵੱਧ ਪੈਸੇ 'ਤੇ ਮਿਲ ਰਹੀਆਂ, ਇਸ ਕਰਕੇ ਸਾਡਾ ਜਿਹੜਾ ਸੀਗਾ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਨੂੰ ਆਉਣਾ ਜ਼ਰੂਰੀ ਸੀਗਾ ਜੀ। ਜੀ ਬਿਲਕੁਲ, ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਤੁਸੀਂ ਕਿਹੋ ਜਿਹੀ ਖੇਤੀ ਕਰ ਰਹੇ ਹੋ ਅਤੇ ਕਿਹੜੀਆਂ ਕਿਹੜੀਆਂ ਫਸਲਾਂ ਬੀਜ ਰਹੇ ਹੋ? ਤੁਹਾਡੇ ਫਾਰਮ ਦੇ ਉੱਤੇ ਫਸਲਾਂ ਤੋਂ ਇਲਾਵਾ ਤੁਸੀਂ ਹੋਰ ਕੀ ਕੁਛ ਕੰਮ ਸ਼ੁਰੂ ਕੀਤੇ ਹੋਏ ਜੀ?
ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਸੀਗੀਆਂ ਵੀ ਜਿਵੇਂ ਅਸੀਂ ਬਠਿੰਡੇ ਦੇ ਸਾਊਥ ਵੈਸਟਰਨ ਦਾ ਸਾਡਾ ਏਰੀਆ ਸੀਗਾ, ਇੱਥੇ ਨਰਮੇ ਦੀ ਫਸਲ ਜ਼ਿਆਦਾ ਹੋਇਆ ਕਰਦੀ ਸੀਗੀ। ਨਰਮੇ ਦੀ ਫਸਲ ਦੇ ਉੱਤੇ ਸੁੰਡੀਆਂ ਦਾ ਬੜਾ ਹਮਲਾ ਹੋਇਆ ਸੀਗਾ ਅਤੇ ਨਰਮੇ ਵਾਲੀ ਬੈਲਟ ਸੀਗੀ ਇਹ ਨੁਕਸਾਨੀ ਸਭ ਤੋਂ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਜ਼ਿਆਦਾ ਗਈ ਸੀਗੀ ਜੀ। ਪਰੰਤੂ ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂਗੇ ਵੀ ਨਰਮਾ ਅਤੇ ਅਸੀਂ ਕਣਕ ਬੀਜਣੀ ਹੈਗੀ, ਕਣਕ ਦਾ ਝਾੜ ਸਾਡਾ ਉੱਥੇ ਘੱਟ ਜਾਂਦਾ ਸੀਗਾ, ਇਸ ਦੇ ਮੁਕਾਬਲੇ ਜਿਹੜੇ ਸਾਡੇ ਦੂਜੇ ਜ਼ਿਲ੍ਹੇ ਸੀ ਉਹ ਝੋਨੇ ਦੀ ਖੇਤੀ ਕਰਦੇ ਸੀਗੇ, ਉਹਨਾਂ ਦੀਆਂ ਪੱਕੀਆਂ ਫਸਲਾਂ ਸੀਗੀਆਂ ਅਤੇ ਪਰ ਸਮੇਂ ਦੇ ਨਾਲ ਸਾਨੂੰ ਪਾਣੀ ਦੀ ਵੀ ਘਾਟ ਮਹਿਸੂਸ ਹੋਈ। ਬਿਲਕੁਲ ਜੀ, ਸਾਡੀਆਂ ਜ਼ਮੀਨਾਂ ਰੇਤਲੀਆਂ ਹੋਣ ਕਰਕੇ ਪਿੰਡ ਸਾਡੇ ਟੇਲਾਂ 'ਤੇ ਪੈਣ ਕਰਕੇ ਸਾਡੀਆਂ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਸੀ, ਕਿਉਂਕਿ ਅਸੀਂ ਕਿਹੜਾ ਮੋਗੇ ਦੇ ਵਿੱਚ ਬੈਠੇ ਹੋਏ ਸੀਗੇ ਜੀ। ਬਿਲਕੁਲ, ਇਸ ਕਰਕੇ ਸਾਨੂੰ ਆਪਣੀ ਖੇਤੀ ਨੂੰ ਦੂਜੇ ਪਾਸੇ ਮੋੜਾ ਲੈ ਕੇ ਜਾਣਾ ਚਾਹੀਦਾ ਸੀਗਾ ਅਤੇ ਉਹਦੇ ਵਿੱਚ ਸਾਨੂੰ ਇੱਕ ਚੀਜ਼ ਇਹ ਲੱਗੀ ਵੀ ਸਾਨੂੰ ਸਬਜ਼ੀਆਂ ਵਾਲੇ ਪਾਸੇ ਜਾਣਾ ਚਾਹੀਦਾ ਜੀ। ਜੀ, ਸਬਜ਼ੀਆਂ ਦੇ ਵਿੱਚ ਵੀ ਉਹਦੇ ਪਾਸੇ ਜਾਣਾ ਚਾਹੀਦਾ ਜਿਹੜੀ ਸਾਡੀ ਜ਼ਮੀਨ ਰੇਤਲੀ ਜ਼ਮੀਨ ਦੇ ਵਿੱਚ ਮੰਨਣ ਜੀ। ਜੇ ਅਸੀਂ ਬਾਗਾਂ ਦੀ ਗੱਲ ਕਰੀਏ, ਜੇ ਅਸੀਂ ਬਾਗ ਲਾਉਂਦੇ ਸੀਗੇ ਤਾਂ ਬਾਗਾਂ ਦੇ ਵਿੱਚ ਸਾਨੂੰ ਅੱਗੇ ਜਾ ਕੇ ਛੋਟੇ ਤੱਤਾਂ ਦੀਆਂ ਘਾਟਾਂ ਮਹਿਸੂਸ ਹੁੰਦੀਆਂ ਸੀਗੀਆਂ ਜੀ। ਇਸ ਕਰਕੇ ਸਾਨੂੰ ਤਾਂ ਸ਼ਾਰਟ ਟਰਮ ਦੀਆਂ ਮਤਲਬ ਚੀਜ਼ਾਂ ਵਰਤਣੀਆਂ ਚਾਹੀਦੀਆਂ। ਸ਼ਾਰਟ ਟਰਮ ਦੇ ਵਿੱਚ ਅਸੀਂ ਸਬਜ਼ੀ ਉਤਪਾਦਨ ਦੇ ਨਾਲ ਨਾਲ ਕੋਸ਼ਿਸ਼ ਇਹ ਕੀਤੀ ਸੀਗੀ ਵੀ ਅਸੀਂ ਸਬਜ਼ੀਆਂ ਦੀ ਪਨੀਰੀ ਦਾ ਉਤਪਾਦਨ ਕੀਤਾ ਜਾਵੇ ਜੀ। ਸਬਜ਼ੀਆਂ ਦੀ ਪਨੀਰੀ ਦੇ ਉਤਪਾਦਨ ਦੇ ਵਿੱਚ ਸਭ ਤੋਂ ਮੁੱਖ ਅਸੀਂ ਰੱਖਿਆ ਸੀਗਾ ਪਿਆਜ਼ ਨੂੰ ਜੀ, ਜਿਹਦੀ ਕਿ ਮਤਲਬ ਕਿਸੇ ਵਾਈਬ੍ਰੇਸ਼ਨ ਬਹੁਤ ਹੁੰਦੀ ਸੀਗੀ, ਕਿਸੇ ਦੇ ਟਾਈਮ ਤਾਂ ਰੇਟ ਚੱਲਿਆ ਜਾਂਦਾ ਸੀਗਾ 80-90 ਰੁਪਏ ਅਤੇ ਕਿਸੇ ਟਾਈਮ ਇਹ ਰੇਟ ਚੱਲਿਆ ਹੁੰਦਾ ਸੀਗਾ 5-6 ਰੁਪਏ ਸੀਗਾ ਅਤੇ ਪਰ ਇਹਦੀ ਜ਼ਰੂਰਤ ਹਰ ਪਰਿਵਾਰ ਦੇ ਵਿੱਚ ਸੀਗੀ ਅਤੇ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਸਬਜ਼ੀਆਂ ਦੇ ਵਿੱਚ ਪਿਆਜ਼ ਦੀ ਪਨੀਰੀ ਦਾ ਉਤਪਾਦਨ ਸ਼ੁਰੂ ਕੀਤਾ ਜੀ। ਜੀ ਬਿਲਕੁਲ, ਜੇ ਹੁਣ ਮੈਂ ਗੱਲ ਕਰਾਂ ਆਉਣ ਵਾਲੇ ਭਵਿੱਖ 'ਚ ਤੁਸੀਂ ਕੀ ਕਰਨ ਜਾ ਰਹੇ ਹੋ? ਆਉਣ ਵਾਲੇ ਭਵਿੱਖ ਦੇ ਵਿੱਚ ਸਾਡਾ ਇਹ ਹੈਗਾ ਵੀ ਅਸੀਂ ਸਾਡੀ ਜਿਹੜੀ ਖੇਤੀ ਹੈ ਹੁਣ ਇਸ ਟਾਈਮ 'ਤੇ ਜੀ ਪੈਦਾ ਜ਼ਮੀਨ ਦੇ ਵਿੱਚ ਅਸੀਂ ਬੀਜ ਪਾਉਣ ਤੋਂ ਬਾਅਦ ਜਿਵੇਂ ਉਦਾਹਰਣ ਦੇ ਤੌਰ 'ਤੇ ਅਸੀਂ ਕਣਕ ਦਾ ਬੀਜ ਪਾਉਂਦੇ ਹਾਂਗੇ, 40 ਕਿਲੋ ਅਸੀਂ ਬੀਜ ਪਾਉਂਦੇ ਹਾਂ, ਪਰ ਮੈਂ ਕਈ ਕਿਸਾਨਾਂ ਨੂੰ ਪੁੱਛਦਾ ਹੁੰਦਾਗਾ ਵੀ ਆਪਣੇ 1 ਕਿਲੋ ਬੀਜ ਦੇ ਵਿੱਚ ਕਿੰਨੇ ਦਾਣੇ ਹੁੰਦੇ ਆ ਜੀ। ਮੇਰੇ ਕਿਸਾਨ ਵੀਰਾਂ ਨੂੰ ਸਾਡਾ ਮੁੱਖ ਕਿੱਤਾ ਹੋਣ ਦੇ ਨਾਤੇ ਹਜੇ ਇਹ ਪਤਾ ਨਹੀਂ ਲੱਗਿਆ ਵੀ 1 ਕਿਲੋ ਦੇ ਵਿੱਚ ਕਿੰਨੇ ਦਾਣੇ ਹੁੰਦੇ ਹੈਗੇ ਜੀ, ਪਰ ਜਦੋਂ ਅਸੀਂ ਉਹਨੂੰ ਅਸੀਂ ਛੋਟੀ ਸਕੇਲ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ 1 ਕਿਲੋ ਦੇ ਵਿੱਚ 11,000 ਦਾਣੇ ਹੁੰਦੇ ਆ ਅਪਰੋਕਸੀਮੇਟਲੀ ਜੀ, ਅਤੇ ਸਾਨੂੰ ਇੰਨੀ ਛੋਟੀ ਜੇ ਜ਼ਮੀਨਾਂ ਘੱਟ ਵੀ ਰਹੀਆਂ ਤਾਂ ਸਾਡੇ ਝਾੜ ਵੀ ਜ਼ਰੂਰ ਵੱਧ ਰਹੇ ਨੇ, ਸਾਨੂੰ ਬਿਲਕੁਲ ਛੋਟੀ ਇਕਾਈ ਦੇ ਉੱਤੇ ਆਉਣਾ ਪਊਗਾ ਵੀ ਅਸੀਂ ਮਰੱਬਿਆਂ ਤੋਂ ਗੱਲ ਕਰਦੇ ਕਰਦੇ ਹੈਕਟੇਅਰਾਂ 'ਤੇ ਆ ਗਏ, ਹੈਕਟੇਅਰਾਂ ਤੋਂ ਅਸੀਂ ਕਿੱਲਿਆਂ ਦੇ ਵਿੱਚ ਆ ਗਏ, ਕਿੱਲਿਆਂ ਦੇ ਵਿੱਚੋਂ ਅਸੀਂ ਕਨਾਲਾਂ 'ਤੇ ਆਏ, ਹੁਣ ਇਸ ਟਾਈਮ 'ਤੇ ਯੁੱਗ ਇਹ ਆ ਗਿਆ ਵੀ ਅਸੀਂ 1 ਸਕੇਅਰ ਫੁੱਟ ਦੇ ਵਿੱਚੋਂ ਸਾਡੀ ਆਮਦਨ ਕਿੰਨੀ ਹੋ ਸਕਦੀ ਹੈ ਜੀ, ਅਤੇ ਜਾਂ ਤਾਂ ਅਸੀਂ ਹੋਰੀਜੈਂਟਲ ਖੇਤੀ ਤਾਂ ਸਾਡੀ ਜੇ ਘੱਟ ਰਹੀ ਹੈ ਤਾਂ ਇਹਦਾ ਮਤਲਬ ਅਸੀਂ ਆਪਣੀ ਆਪ ਖੇਤੀ ਨੂੰ ਵਰਟੀਕਲ ਰੂਪ ਦੇ ਸਕਦੇ ਹਾਂ ਖੇਤੀ। ਬਿਲਕੁਲ ਜੀ, ਜੇ ਨਰਭੈ ਸਿੰਘ ਜੀ ਅਗਲੀ ਆਪਾਂ ਗੱਲ ਕਰੀਏ, ਜਿਵੇਂ ਸਾਡਾ ਕਿਸਾਨ ਹੈ ਇਸ ਖੇਤੀ ਤੋਂ ਨਿਰਾਸ਼ ਹੈ, ਰਵਾਇਤੀ ਖੇਤੀ ਤੋਂ ਨਿਰਾਸ਼ ਹੈ ਖਾਸ ਕਰਕੇ, ਅਤੇ ਜੇ ਅੱਜ ਤੁਸੀਂ ਇਸ ਤਰ੍ਹਾਂ ਦੀ ਖੇਤੀ ਕਰਨ ਵੱਲ ਆਏ ਹੋ, ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਇੱਧਰ ਲੈ ਕੇ ਆਉਣ ਵਾਸਤੇ ਕੋਈ ਹਾਲਾਤ ਸੀ ਜਾਂ ਕੋਈ ਖਾਸ ਬੰਦਾ ਸੀ ਜਿਹਨੇ ਤੁਹਾਨੂੰ ਇੱਧਰ ਰੁਪਰੇਲਿਆ? ਨਹੀਂ, ਹਾਲਾਤ ਤਾਂ ਸਭ ਤੋਂ ਜ਼ਰੂਰੀ ਹੁੰਦੇ ਆ ਵੀ ਜਦੋਂ ਤੁਹਾਨੂੰ ਭੁੱਖ ਲੱਗੂਗੀ ਤਾਂ ਤੁਸੀਂ ਫਿਰ ਰੋਟੀ ਦੀ ਭਾਲ ਵਾਸਤੇ ਨਿਕਲੋਗੇ, ਜੇ ਤੁਹਾਨੂੰ ਪਿਆਸ ਲੱਗੂ ਤੁਸੀਂ ਪਾਣੀ ਨੂੰ ਲੱਭੋਗੇ ਜੀ। ਜਦੋਂ ਖੇਤੀ ਸੰਕਟ ਦੇ ਵਿੱਚ ਆਊਗੀ ਤਾਂ ਉਹਦੇ ਸਾਨੂੰ ਨਾਲ ਨਾਲ ਹੱਲ ਵੀ ਮਿਲਣੇ ਆ ਜੀ ਜੀ। ਇਸ ਕਰਕੇ ਸਾਨੂੰ ਜਿਹੜੇ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਬਣੇ ਹੋਏ ਨੇ ਬਠਿੰਡਾ ਦੇ ਵਿੱਚ, ਸਭ ਤੋਂ ਪਹਿਲਾਂ ਸਾਡੀ ਪਹੁੰਚ ਉੱਥੇ ਹੋਈ ਸੀਗੀ ਵੀ ਜਿੱਥੇ ਕਿ ਡਾਕਟਰ ਅਮਰਜੀਤ ਸਿੰਘ ਸੰਧੂ ਜੀ, ਉਹਨਾਂ ਦੇ ਨਾਲ ਜਿਹੜੇ ਮਾਹਰ ਡਾਕਟਰ ਜਤਿੰਦਰ ਬਰਾੜ ਜੀ ਜਿਹੜੇ ਸੋਇਲ ਸਾਇੰਟਿਸਟ ਨੇਗੇ ਜੀ, ਅਤੇ ਉਹਨਾਂ ਦੇ ਨਾਲ ਨਾਲ ਅਸੀਂ ਜਦੋਂ ਸਾਡੀ ਜ਼ਮੀਨ ਦੀਆਂ ਮਤਲਬ ਦੇਖੀਆਂ ਵੀ ਇਹ ਸਾਡੀ ਜ਼ਮੀਨ ਉਪਜਾਊ ਘੱਟ ਹੈਗੀ ਤਾਂ ਸਾਨੂੰ ਦਿੱਕਤ ਬੜੀ ਆਊਗੀ ਜੀ, ਉਹ ਜਾਣਕਾਰੀਆਂ ਲੈ ਕੇ ਅਸੀਂ ਆਪਦੇ ਮਾਡਲ ਨੂੰ ਖੇਤ ਦੇ ਵਿੱਚ ਇਸ ਤਰ੍ਹਾਂ ਵਿਕਸਿਤ ਕੀਤਾ ਵੀ ਰੋਡ ਸਾਈਡ ਡਿਸਪਲੇ ਅਸੀਂ ਤਿਆਰ ਕੀਤਾ ਹੋਇਆ ਇੱਥੇ ਜੀ ਆਪਣੇ ਖੇਤ ਦੇ ਵਿੱਚ, ਜਿੱਥੇ ਅਸੀਂ ਦੁੱਧ ਤੋਂ ਬਣੇ ਪਦਾਰਥ ਵੇਚ ਦਿਆਂਗੇ ਜੀ, ਮਿਰਚਾਂ ਦੀ ਪਨੀਰੀ ਵੇਚਦੇ ਹਾਂ, ਪਿਆਜ਼ ਦੀ ਪਨੀਰੀ ਵੇਚਦੇ ਹਾਂ, ਗੋਭੀ ਬੈਂਗਣ ਟਮਾਟਰ ਇਹਨਾਂ ਦੀ ਕੀ ਹੈਗੀ, ਜਿਵੇਂ ਹੁਣ ਟਮਾਟਰ ਦੀ ਪਨੀਰੀ ਦਾ ਲਾ ਲਓ ਹਿਸਾਬ, ਇਹ 22 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਹਦਾ ਮਤਲਬ 22 ਦਿਨਾਂ ਦੇ ਵਿੱਚ ਸਾਨੂੰ ਰਿਟਰਨ ਮਿਲ ਗਈ। ਬਿਲਕੁਲ, ਅਤੇ ਉਹ ਜਿਹੜਾ ਰੋਲ 22 ਦਿਨਾਂ 'ਚ ਹੋਣੀ ਸ਼ੁਰੂ ਹੋ ਗਈ। ਹਾਂ, 22 ਦਿਨਾਂ 'ਚ ਹੋ ਗਈ, ਕਿੱਥੇ ਅਸੀਂ 135-140 ਦਿਨਾਂ ਦੇ ਉੱਤੇ ਸਾਡੀ ਆਮਦਨ ਆਉਂਦੀ ਸੀ। ਬਿਲਕੁਲ, ਦੂਸਰਾ ਜਿਹੜੇ ਮਿਲਕ ਪ੍ਰੋਡਕਟ ਨੇ, ਮਿਲਕ ਪ੍ਰੋਡਕਟ ਦੇ ਵਿੱਚ ਜਿਵੇਂ ਸ਼ੁਰੂਆਤ ਸਾਡੀ ਸਵੇਰ ਤੋਂ ਚਾਹ ਤੋਂ ਹੁੰਦੀ ਹੈ ਅਤੇ ਸ਼ਾਮ ਨੂੰ ਜਦੋਂ ਬੰਦਾ ਪੈਣ ਲੱਗਦਾ ਪੰਜਾਬੀ, ਖਾਸ ਤੌਰ 'ਤੇ ਦੁੱਧ ਦਾ ਗਲਾਸ ਪੀਂਦਾ ਹੈਗਾ। ਬਿਲਕੁਲ, ਅਤੇ ਇਹਦਾ ਮਤਲਬ ਸਾਨੂੰ ਦੁੱਧ ਪਦਾਰਥ ਹੈ ਜਿਹੜੇ ਉਹ ਜਿਹੜੀ ਪੰਜਾਬ ਦੇ ਵਿੱਚ ਖਪਤ ਜ਼ਿਆਦਾ ਹੈ ਅਤੇ ਇਸ ਕਰਕੇ ਅਸੀਂ ਮਿਲਕ ਪ੍ਰੋਡਕਟ ਦੇ ਉੱਤੇ ਵੀ ਕੰਮ ਕੀਤਾ, ਆਈਸਕ੍ਰੀਮ ਦੇ ਉੱਤੇ ਕੰਮ ਕੀਤਾ, ਹੁਣ ਜਿਹੜਾ ਸ਼ੂਗਰ ਕੇਨ ਜੂਸ ਹੈਗਾ ਨਾਲ ਸ਼ੂਗਰ ਕੇਨ ਜੂਸ ਦੀ ਮਸ਼ੀਨ ਲਾਈ ਹੈ ਉਹਦੇ ਵਿੱਚ ਅਸੀਂ ਬਿਨਾਂ ਬਰਫ ਤੋਂ ਜੀ ਗੰਨੇ ਦਾ ਜੂਸ ਮੁਹੱਈਆ ਕਰਾਉਂਦੇ ਹਾਂਗੇ। ਠੀਕ ਹੈ ਜੀ, ਕਾਰਨ ਇਹ ਹੈਗਾ ਵੀ ਜਿਹੜੀ ਸ਼ੁੱਧਤਾ ਉਹਨੂੰ ਬਰਕਰਾਰ ਰੱਖਿਆ ਜਾਵੇ ਅਤੇ ਕੁਆਲਿਟੀ ਪੱਖੋਂ ਨਾਲ ਅਸੀਂ ਹੁਣ 2 ਏਕੜ ਦੇ ਵਿੱਚ ਔਰਗੈਨਿਕ ਕਣਕ ਬੀਜੀ ਹੋਈ ਹੈ ਜਿਹੜੀ ਕਿ ਅਸੀਂ ਬਿਨਾਂ ਰੇਹ ਸਪਰੇਅ ਖਾਦਾਂ ਤੋਂ ਤਿਆਰ ਕੀਤੀ ਹੋਈ ਹੈ ਜੀ। ਜੀ ਨਰਭੈ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਇਹ ਚਾਹੁੰਦਾ ਵੀ ਜਿਸ ਤਰ੍ਹਾਂ ਦੇ ਤੁਸੀਂ ਖੇਤੀ ਦੇ ਵਿੱਚ ਕੰਮ ਕੀਤੇ ਆ, ਮੈਨੂੰ ਲੱਗਦੀ ਹੈ ਬੜੇ ਮਾਣ ਵਾਲੇ ਨੇ, ਅਤੇ ਜੇ ਅਸੀਂ ਅਗਲੀ ਗੱਲ
हाँ जी ये जरूर होंगे कि जो मतलब मैं कृषि विज्ञान केंद्र या पीयू जो लुधियाना तो ट्रेनिंग लैन जाता गा जी NDRI करनाल तो ट्रेनिंग लैन गया सीगा जी ते उत्थे मैनू मतलब ये जो सर्टिफिकेट मिलते हैं उन्होंने तो एक अपन मतलब हौसला अफजाई होंगे गा जिमें ICRA नैशनल डेयरी रिसर्च इंस्टीट्यूट तो मिले हुआ है आप पीयू जो लुधियाना तो मतलब मैं ट्रेनिंग लई हुई सी उदू बाद जो मतलब के पोलियोस के उत्ते ट्रेनिंग लाई हुई सी जी तो उस तो बाद आत्मा वालों गाहबदू सफल किसान अवार्ड दिता गया जी जी उस तो बाद किसान मेलों के सानू जिहड़ियां यूनिवर्सिटी वालों स्टाला मुहैया कराई जांदियां उन्होंने फिर जिहड़ा खेती डेयरी प्रदर्शनी के जट एक्सपो अवार्ड मिलिया जी 2015 के 2013 सरदार सुरजीत सिंह ढिल्लों अवार्ड मिलिया जी जी 2017 के पंडित दीनदयाल अंतोदय कृषि पुरस्कार नवी दिल्ली के नैशनल अवार्ड मिलिया जी जी नरपाल सिंह जी मैं थोड़े तो जानना चाहना भी जो थानू इन्ने अवार्ड जोड़े है वह खेतीबाड़ी करन दे बदले मिले वक् वक् काम करन दे बदले मिले बंदे नू बड़ा उत्साह होंदा भी असी होर अगे वधीए होर अगे काम करिए तुहाडा हुण आउण वाले समें दे विच अगां किधर नू वधण दा इरादा है हूँ जिहड़ा इस टाइम पर जी मतलब मैं मतलब समझदा भी किसान दे विच ज़्यादा समस्या की है असी कोई भी चीज़ की उत्पादन तो कर लैंदे आ जी उत्पादन तो असी प्रोसैसिंग वाले पासे नहीं जा रहे बिल्कुल हूँ इस टाइम पर जिहड़ा मेरा अगला समा आ रहा वह प्रोसैसिंग वाले पासे नूं आ रहा है जी भी जिवें मसालियां दे विच मिलावट है जिहड़ियां चीज़ां दे विच मिलावट ज़्यादा आ रही है उहनूं असी शुद्धता दे रूप दे विच असी प्रोसैसिंग करके आपदे ग्राहकां नूं मुहैया कराईए जी बिल्कुल ते इस वाले पासे नूं असी हुण ट्रेनिंगां भी लग रही साडियां जी ते असी इस पासे काम कर रहे हैं जी जी जिहड़ा पंजाब दा नौजवान वर्ग है खास करके खेती नाल जुड़े हुए वर्ग है उन्हूं तुसी कुछ कहना चाहते होवो आपदे शब्दों के विच भी तुसी खेती तो निराश नहीं होना अगे वधना चाहिए तुहाडे हिसाब नाल साडे किसानां नूं खेती नाल जुड़ना चाहिए कि नहीं जिहड़ी खेती दे नाल संतुष्टि है वह बहुत ज़्यादा मानसिक संतुष्टि सानूं मिलती हैगी जी पर जो असी जुड़न की गल करते हैं उदों सानूं यह देखना पैंदा है भी जिहड़ा साडा एक खेत का पैरामीटर ने गे जिहदे विच असी काम करना है जी भी असी किस तरह की खेती कर सकते हैं जी उसकी सानू ट्रेनिंग लै लेनी चाहिए हैगी जी बिल्कुल तो बाली बड़ी पलंग पहला शुरू च नहीं पुटनी चाहिए जी जो असी दो चार साल उस किते दे विच काम कर लीए उदू बाद असी बड़ा हंबला मार सकते हैं यह ना हो असी पहले मतलब उस चीज़ को हत्थ पा लीए तो सिरे वाले टंबे नू तो मुड़ के संभलते दूजे काम नू दुबारा शुरू करन दी असी खेती च भज जाइए जी बिल्कुल नरपाल सिंह जी तुसी अपने शब्दों के साडे किसान भरावां दे नाल बड़ी बड़मुली जानकारी सांझी कीती इहदे लई तुहाडा बहुत बहुत धन्नवाद जी बहुत बहुत धन्नवाद किसान स्रोतियो इस दे नाल ही मैं तुहाडे नाल इह गल दा वादा करदा कि आने वाले दिनों के किसी होर किसान लैके एक बार फिर तुहाडे नाल हाजिर होवांगे तद तक लई दिओ आग्या धन्नवाद।